ਸਤਿ ਸ੍ਰੀ ਅਕਾਲ ਦੋਸਤੋ ਮੈਂ ਸੋਮ ਸਹੋਤਾ ਇੱਕ ਕਹਾਵਤ ਹੈ ਕਿ ਜੈਸੀ ਕਰਨੀ ਵੈਸੀ ਭਰਨੀ ਅੱਜ ਇਸ ਵੀਡੀਓ ਵਿੱਚ ਮੈਂ ਜੋ ਤੁਹਾਨੂੰ ਵਿਖਾਵਾਂਗਾ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਤੁਸੀਂ ਇਸ ਕਦਰ ਘਬਰਾ ਜਾਓਗੇ ਕਿ ਅਜੀਹਾ ਕੀ ਹੋ ਗਿਆ ਹੈ ਜਿਸ ਕਰਕੇ ਸਾਰਾ ਹੀ ਪਹਾੜ ਉਰਤ ਗਿਆ ਪੂਰੀ ਵੀਡੀਓ ਵੇਖ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਏਗੀ ਆਪਾਂ ਅਕਸਰ ਅਜੀਹੀਆਂ ਖਬਰਾਂ ਤਾਂ ਸੁਣਦੇ ਆ ਰਹੇ ਹਾਂ ਕਿ ਕੁੜੀ ਵਿਆਹ ਤੋਂ ਪਹਿਲਾਂ ਹੀ ਕਿਸੇ ਆਪਣੇ ਆਸ਼ਿਕ ਦੇ ਨਾਲ ਭੱਜ ਗਈ ਪਰ ਅੱਜ ਦੀ ਵੀਡੀਓ ਵਿੱਚ ਕਹਾਣੀ ਕੁਝ ਹੋਰ ਹੈ ਦਰਸਲ ਕੁੜੀ ਦੀ ਆਪਣੀ ਹੋ ਰਹੀ ਲਵ ਮੈਰिज ਵਿੱਚੋਂ ਹੀ ਕਿਸੇ ਹੋਰ ਨਾਲ ਫਰਾਰ ਹੋ ਜਾਣਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਜਦਕਿ ਤੁਹਾਡੀ ਜਦੋਂ ਲਵ ਮੈਰिज ਹੋ ਰਹੀ ਹੈ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹ ਸਭ ਕੁਝ ਕਿਵੇਂ ਹੋ ਸਕਦਾ ਹੈ ਆਓ ਫਿਰ ਤੁਹਾਨੂੰ ਦੱਸਦੇ ਹਾਂ ਕਿ ਅਸਲ ਵਿੱਚ ਸਾਰਾ ਮਾਮਲਾ ਕੀ ਹੈ ਇਸ ਮਾਮਲੇ ਵਿੱਚ ਕੁੜੀ ਦੇ ਘਰ ਵਾਲਿਆਂ ਦਾ ਕੀ ਕਹਿਣਾ ਹੈ ਇਸ ਖਬਰ ਦੇ ਵਿੱਚ ਅਸੀਂ ਉਸ ਕੁੜੀ ਦਾ ਨਾ ਨਾਂ ਦੱਸਾਂਗੇ ਤੇ ਨਾ ਹੀ ਪਿੰਡ ਯਾਨੀ ਕਿ ਉਸ ਦੀ ਕੋਈ ਵੀ ਪਹਿਚਾਣ ਅਸੀਂ ਨਹੀਂ ਦੱਸਾਂਗੇ ਹਾਂ ਜੇਕਰ ਕਿਤੇ ਨਾਮ ਵਰਤਿਆ ਗਿਆ ਤਾਂ ਉਹ ਸਿਰਫ ਕਾਲਪਨਿਕ ਹੀ ਨਾਮ ਹੋਵੇਗਾ ਕਿਉਂਕਿ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਇੱਕ ਕੁੜੀ ਜਿਸ ਦਾ ਨਾਮ ਆਸ਼ੂ ਹੈ ਜਿਸ ਦਾ ਵਿਆਹ ਉਸੇ ਦੇ ਹੀ ਬாய்ਫਰੈਂਡ ਨਾਲ ਤੈਅ ਕਰ ਦਿੱਤਾ ਗਿਆ ਸੀ ਤੇ ਆਸ਼ੂ ਵੀ ਇਸ ਵਿਆਹ ਨੂੰ ਲੈ ਕੇ ਬਹੁਤ ਖੁਸ਼ ਸੀ ਜਦੋਂ ਇਹ ਸਭ ਬਾਰੇ ਆਸ਼ੂ ਨੂੰ ਪਤਾ ਲੱਗਾ ਤੇ ਉਸਨੇ ਹੱਸਦਿਆਂ ਹੱਸਦਿਆਂ ਹਾਂ ਕਰ ਦਿੱਤੀ ਤੇ ਇਹ ਮਹਿਸੂਸ ਕੀਤਾ ਕਿ ਮੇਰੀ ਘਰਦਿਆਂ ਨੇ ਗੱਲ ਸੁਣ ਲਈ ਹੈ ਵਿਆਹ ਤੱਕ ਤਾਂ ਸਭ ਕੁਝ ਠੀਕ ਠਾਕ ਚੱਲਦਾ ਰਿਹਾ ਪਰ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਕਿਸੇ ਹੋਰ ਲੜਕੇ ਨੂੰ ਪਿਆਰ ਕਰਨ ਲੱਗ ਪਈ ਹਾਂ ਮੈਂ ਹੁਣ ਉਸ ਮੁੰਡੇ ਨਾਲ ਹੀ ਵਿਆਹ ਕਰਵਾਉਣਾ ਹੈ ਮੈਂ ਉਸ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਾ ਜਿਸ ਨਾਲ ਤੁਸੀਂ ਮੇਰਾ ਵਿਆਹ ਕਰਨ ਜਾ ਰਹੇ ਹੋ ਇਹ ਸੁਣ ਕੇ ਮਾਂ ਤੇ ਜੋ ਬੀਤੀ ਹੋਵੇਗੀ ਇਹ ਤੁਸੀਂ ਵੱਧ ਜਾਣਦੇ ਹੋ ਇਹ ਸਭ ਕੁਝ ਸੁਣ ਕੇ ਮਾਂ ਨੇ ਨਾ ਕਰ ਦਿੱਤੀ ਕਿਉਂਕਿ ਵਿਆਹ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਸੀ ਤੇ ਅਗਲੇ ਦਿਨ ਹੀ ਮੁੰਡੇ ਨੇ ਬਰਾਤ ਲੈ ਕੇ ਆ ਜਾਣਾ ਸੀ ਤੇ ਹੁਣ ਇਹ ਸਭ ਕੁਝ ਕਿਵੇਂ ਹੋ ਸਕਦਾ ਹੈ ਮਾਂ ਨੇ ਸਾਫ ਸਾਫ ਮਨਾ ਕਰ ਦਿੱਤਾ ਤੇ ਕਿਹਾ ਚਪਚਾਪ ਇਸੇ ਹੀ ਲੜਕੇ ਨਾਲ ਵਿਆਹ ਕਰਵਾ ਲਾ ਪਰ ਉਸ ਲੜਕੀ ਨੇ ਕਿਸ ਤਰ੍ਹਾਂ ਆਪਣੇ ਮਾਪੇ ਨੂੰ ਧੋਖਾ ਦਿੱਤਾ ਹੈ ਪਰਿਵਾਰ ਨੂੰ ਧੋਖਾ ਦਿੱਤਾ ਹੈ ਇਹ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਉਸੇ ਰਾਤ ਉਸਨੇ ਇੱਕ ਪਲਾਨ ਬਣਾਇਆ ਉਸਨੇ ਆਪਣੇ ਆਸ਼ਿਕ ਦੇ ਨਾਲ ਸੰਪਰਕ ਕੀਤਾ ਜੋ ਪਲਾਨ ਉਸਨੇ ਬਣਾਇਆ ਉਹ ਆਪਣੇ ਬੁਆਏਫਰੈਂਡ ਦੇ ਨਾਲ ਸ਼ੇਅਰ ਕਰ ਦਿੱਤਾ ਚਲੋ ਹੁਣ ਵੇਖਦੇ ਹਾਂ ਕਿ ਉਹਨਾਂ ਦੋਹਾਂ ਦਾ ਕੀ ਪਲਾਨ ਸੀ ਪਲਾਨ ਦੇ ਮੁਤਾਬਕ ਉਹਨਾਂ ਨੇ ਉਸ ਘਟਨਾ ਨੂੰ ਅੰਜਾਮ ਵੀ ਦੇ ਦਿੱਤਾ ਹੈ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਪਰ ਕਿਸੇ ਵੀ ਰਿਸ਼ਤੇਦਾਰ ਨੂੰ ਇਹ ਪਤਾ ਨਹੀਂ ਸੀ ਕਿ ਅਗਲੇ ਪਲ ਕੀ ਹੋਣ ਵਾਲਾ ਹੈ ਸਾਰੇ ਰਿਸ਼ਤੇਦਾਰ ਬਹੁਤ ਖੁਸ਼ ਨਜ਼ਰ ਆ ਰਹੇ ਸੀ ਛੋਟੇ-ਛੋਟੇ ਬੱਚੇ ਆਪਣੇ ਸਾਥ ਦੇ ਨਾਲ ਖੁਸ਼ੀਆਂ ਮਨਾ ਰਹੇ ਸੀ ਕਿਤੇ ਗਿੱਧੇ ਪੈ ਰਹੇ ਸੀ ਕਿਤੇ ਮਹਿੰਦੀ ਦੀ ਰਸਮ ਹੋ ਰਹੀ ਸੀ ਕਿਤੇ ਕੁਛ ਤੇ ਕਿਤੇ ਕੁਛ ਪਰ ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਅਗਲੇ ਪਲ ਕੀ ਹੋਣ ਵਾਲਾ ਹੈ ਰਾਤ ਦਾ ਹਨੇਰਾ ਹੌਲੀ-ਹੌਲੀ ਵੱਧਦਾ ਜਾ ਰਿਹਾ ਸੀ ਪਲਾਨ ਦੇ ਮੁਤਾਬਕ ਉਹ ਆਪਣੇ ਆਸ਼ਿਕ ਦੇ ਨਾਲ ਘਰੋਂ ਭੱਜ ਗਈ ਆਸ਼ਿਕ ਦੇ ਨਾਲ ਘਰੋਂ ਭੱਜਣ ਤੋਂ ਬਾਅਦ ਜਦੋਂ ਇਸ ਸਭ ਬਾਰੇ ਮਾਂ ਨੂੰ ਰਿਸ਼ਤੇਦਾਰਾਂ ਨੂੰ ਤੇ ਭੈਣ ਭਰਾਵਾਂ ਨੂੰ ਪਤਾ ਲੱਗਾ ਤੇ ਦੋਸਤੋ ਸਮਾਜ ਦੇ ਵਿੱਚ ਉਹ ਪਰਿਵਾਰ ਦੀ ਕੀ ਇੱਜ਼ਤ ਰਹੀ ਹੋਵੇਗੀ ਇਹ ਤੁਸੀਂ ਜਾਣਦੇ ਹੋ ਜਿਸ ਦੀ ਨਲਾਇਕ ਤੇ ਬਦਚਲਣ ਧੀ ਨੇ ਮਾਂ-ਬਾਪ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਮਾਂ ਬੁੱਬੀ ਬੁੱਬੀ ਰੋਣ ਲੱਗ ਪਈ ਭੈਣ ਭਰਾ ਆਪਣੇ ਹਿਸਾਬ ਦੇ ਨਾਲ ਇਸ ਮਾਤਮ ਵਿੱਚ ਡੁੱਬੇ ਹੋਏ ਸਨ ਤੇ ਰਿਸ਼ਤੇਦਾਰ ਹੋਲੀ-ਹੋਲੀ ਆਪਣੀ ਬੇਇੱਜ਼ਤੀ ਹੋਈ ਮਹਿਸੂਸ ਕਰਕੇ ਉਸ ਘਰ ਦੇ ਵਿੱਚੋਂ ਖਿਸਕਣ ਲੱਗ ਪਏ। ਵਕਤ گزرਦਾ ਗਿਆ, ਗੁਜ਼ਰਦੇ-ਗੁਜ਼ਰਦੇ ਵਕਤ ਵਿੱਚ 6 ਮਹੀਨੇ ਲੰਘ ਚੁੱਕੇ ਸਨ। 6 ਮਹੀਨਿਆਂ ਬਾਅਦ ਉਹ ਲੜਕਾ ਲੜਕੀ ਜਦੋਂ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਏ ਤਾਂ ਮਾਂ ਨੇ ਉਹਨਾਂ ਦੋਹਾਂ ਨੂੰ ਵੇਖ ਕੇ ਕੁਝ ਨਹੀਂ ਕਿਹਾ ਕਿਉਂਕਿ ਮਾਂ ਤਾਂ ਅਕਸਰ ਮਾਂ ਹੀ ਹੁੰਦੀ ਹੈ। ਜਦੋਂ ਉਹ ਵਾਪਸ ਆਏ ਤਾਂ ਫਿਰ ਕੀ ਕੀਤਾ ਜਾ ਸਕਦਾ ਸੀ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਸਲਾਹ ਕੀਤੀ ਕਿ ਹੁਣ ਕੀਤਾ ਕੀ ਜਾ ਸਕਦਾ ਹੈ ਇਹਨਾਂ ਦੋਹਾਂ ਦੀ ਸ਼ਾਦੀ ਕਰਵਾ ਦਿੱਤੀ ਜਾਵੇ ਤੇ ਹੁਣ ਕੋਈ ਹੋਰ ਰਸਤਾ ਵੀ ਨਜ਼ਰ ਨਹੀਂ ਸੀ ਆ ਰਿਹਾ ਦੋਹਾਂ ਪਰਿਵਾਰਾਂ ਨੇ ਇਸੇ ਤਰ੍ਹਾਂ ਹੀ ਕੀਤਾ ਦੋਹਾਂ ਦਾ ਵਿਆਹ ਫਿਕਸ ਕਰ ਦਿੱਤਾ ਵਿਆਹ ਵਿੱਚ 30 ਦਿਨ ਦਾ ਗੈਪ ਪਾ ਦਿੱਤਾ ਗਿਆ ਮੁੰਡਾ ਆਪਣੇ ਘਰ ਚਲਾ ਗਿਆ ਤੇ ਕੁੜੀ ਆਪਣੇ ਘਰ ਚਲ ਗਈ ਤੇ ਹੁਣ ਕੁੜੀ ਦੇ ਵਿਆਹ ਤੇ ਦੂਸਰੀ ਵਾਰ ਸਾਰੇ ਰਿਸ਼ਤੇਦਾਰਾਂ ਨੇ ਇਕੱਠੇ ਹੋਣਾ ਸੀ ਪਰ ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਵੀ ਹੋ ਜਾਵੇਗਾ ਦੋਹਾਂ ਦੇ ਵਿਆਹ ਦਾ ਦਿਨ ਆ ਗਿਆ ਤੇ ਵਿਆਹ ਤੋਂ ਪਹਿਲਾਂ ਦੋਵੇਂ ਲੜਕਾ ਲੜਕੀ ਫੋਨ ਤੇ ਬੇਸ਼ੁਮਾਰ ਗੱਲਾਂ ਕਰਦੇ ਰਹੇ ਲੇਕਿਨ ਦੋਸਤੋ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਕੁੜੀ ਦਾ ਫੋਨ ਕਿਤੇ ਬੀਜ਼ੀ ਆਉਣਾ ਸ਼ੁਰੂ ਹੋ ਗਿਆ ਲੜੇ ਨੂੰ ਵੀ ਨਹੀਂ ਸੀ ਇਸ ਗੱਲ ਦਾ ਪਤਾ ਕਿ ਹੋ ਸਕਦਾ ਕਿਸੇ ਰਿਸ਼ਤੇਦਾਰ ਦੇ ਨਾਲ ਗੱਲਾਂ ਕਰਦੀ ਹੋਵੇ ਪਰ ਲੜੇ ਨੂੰ ਇਹ ਮਹਿਸੂਸ ਸੀ ਕਿ ਮੈਂ ਕਿਸੇ ਅਜੇਹੇ ਨੇਕ ਸ਼ਖਸ ਨਾਲ ਧੋਖਾ ਕੀਤਾ ਹੈ ਜਿਸ ਦੇ ਵਿਆਹ ਦੇ ਸੁਪਨੇ ਸਾਰੇ ਦੇ ਸਾਰੇ ਮਿੱਟੀ ਵਿੱਚ ਰੁੜ ਗਏ ਕਿਤੇ ਮੇਰੇ ਨਾਲ ਵੀ ਅਜਿਹਾ ਨਾ ਹੋ ਜਾਵੇ ਵਿਆਹ ਵਾਲੀ ਰਾਤ ਹੀ ਖਬਰ ਫੈਲ ਗਈ ਕਿ ਕੁੜੀ ਲੱਭ ਨਹੀਂ ਰਹੀ ਸਾਰਿਆਂ ਨੇ ਆਲੇ ਦੁਆਲੇ ਵੇਖਿਆ ਪਰ ਕੁੜੀ ਨਹੀਂ ਮਿਲ ਰਹੀ ਸੀ ਕਿਸੇ ਨੂੰ ਕੁਝ ਵੀ ਅੰਦਾਜ਼ਾ ਨਹੀਂ ਸੀ ਕਿ ਕੁੜੀ ਕਿਸੇ ਹੋਰ ਨਾਲ ਭੱਜ ਜਾਵੇਗੀ ਲਾੜੇ ਨੇ ਜਦੋਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਮੈਂ ਜਦੋਂ ਫੋਨ ਕਰਦਾ ਸੀ ਉਸ ਦਾ ਫੋਨ ਬੀਜ਼ੀ ਆਉਂਦਾ ਸੀ ਤੇ ਮੈਂ ਪੁੱਛਦਾ ਸੀ ਕਿ ਤੂੰ ਕਿਸ ਨਾਲ ਗੱਲਾਂ ਕਰ ਰਹੀ ਹੈ ਤਾਂ ਉਹ ਮੈਨੂੰ ਕਹਿ ਦਿੰਦੀ ਕਿ ਮੇਰੀ ਮਾਸੀ ਨਾਲ ਮੈਂ ਗੱਲਾਂ ਕਰ ਰਹੀ ਹਾਂ ਦਰਸਲ ਉਹ ਕੁੜੀ ਉਸੇ ਨਾਲ ਹੀ ਭੱਜ ਗਈ ਸੀ ਜਿਸ ਦੇ ਨਾਲ ਉਸ ਦਾ ਪਹਿਲਾ ਵਿਆਹ ਹੋਣਾ ਸੀ ਹੁਣ ਤੁਸੀਂ ਖੁਦ ਵੇਖ ਸਕਦੇ ਹੋ ਕਿ ਉਹ ਹੀ ਲੜਕਾ ਜਿਸ ਦਾ ਵਿਆਹ ਛੱਡ ਕੇ ਉਹ ਦੂਸਰੇ ਨਾਲ ਭੱਜੀ ਸੀ ਤੇ ਹੁਣ ਉਹੀ ਲੜਕੇ ਨਾਲ ਦੁਬਾਰਾ ਫਿਰ ਉਸ ਦਾ ਇਸ਼ਕ ਹੋ ਗਿਆ ਜਿਸ ਦੇ ਨਾਲ ਉਹ ਦੁਬਾਰਾ ਹੁਣ ਭੱਜੀ ਹੈ ਦੋਸਤੋ ਇਸ ਕਹਾਣੀ ਦੀ ਅਸਲੀਅਤ ਬਾਰੇ ਨਹੀਂ ਅਸੀਂ ਜਾਣਦੇ ਤੇ ਨਾ ਹੀ ਏਵਨ ਪੰਜਾਬੀ ਚੈਨਲ ਇਸ ਦੀ ਅਸਲੀਅਤ ਪੁਸ਼ਟੀ ਕਰ ਰਿਹਾ ਹੈ ਹਾਂ ਇਸਦੇ ਨਾਲ ਜੋ ਮਾਪੇ ਦੀਆਂ ਨਜ਼ਰਾਂ ਦੇ ਵਿੱਚ ਇੱਕ ਲੜਕੀ ਦੀ ਇੱਜ਼ਤ ਹੁੰਦੀ ਹੈ ਪੜੌਸੀਆਂ ਦੀ ਨਜ਼ਰ ਦੇ ਵਿੱਚ ਇੱਕ ਲੜਕੀ ਦੀ ਇੱਜ਼ਤ ਹੁੰਦੀ ਹੈ ਲੜਕੀ ਦੀ ਇੱਜ਼ਤ ਤਾਂ ਖਤਮ ਹੁੰਦੀ ਹੀ ਹੁੰਦੀ ਹੈ ਨਾਲ ਉਸ ਪਰਿਵਾਰ ਦੀ ਵੀ ਇੱਜ਼ਤ ਖਤਮ ਹੋ ਜਾਂਦੀ ਹੈ ਸ਼ਾਇਦ ਇਹੀ ਇੱਕ ਕਾਰਨ ਹੈ ਕਿ ਲੜਕੀਆਂ ਸਮਾਜ ਦੇ ਵਿੱਚ ਦਿਨੋਂ-ਦਿਨ ਘਟ ਰਹੀਆਂ ਨੇ ਕਿਉਂਕਿ ਸਾਰੀਆਂ ਲੜਕੀਆਂ ਇੱਕ ਜੈਸੀਆਂ ਨਹੀਂ ਹੁੰਦੀਆਂ ਉਨਾ ਵਿੱਚ ਬਹੁਤ ਅਜੇਹੀਆਂ ਲੜਕੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੇ ਮਾਪੇ ਦੀ ਸਮਾਜ ਵਿੱਚ ਕੀ ਇੱਜ਼ਤ ਹੈ ਮੇਰੇ ਭੈਣ ਭਰਾਵਾਂ ਦੀ ਸਮਾਜ ਵਿੱਚ ਕੀ ਇੱਜ਼ਤ ਹੈ ਉਹਨਾਂ ਬੱਚਿਆਂ ਨੂੰ ਹਮੇਸ਼ਾ ਏਵਨ ਪੰਜਾਬੀ ਚੈਨਲ ਸੈਲੂਟ ਕਰਦਾ ਹੈ ਤੇ ਜੋ ਅਜੇਹੀਆਂ ਬੱਚੀਆਂ ਨੇ ਜਿਨ੍ਹਾਂ ਦਾ ਆਪਣਾ ਤੇ ਸਮਾਜ ਦੇ ਵਿੱਚ ਕਦ ਗਿਰਿਆ ਹੀ ਹੀ ਗਿਰਿਆ ਹੈ ਔਰ ਉਹਨਾਂ ਨੇ ਅਜੇਹੀ ਘਿਣਾਉਣੀ ਹਰਕਤ ਕਰਕੇ ਆਪਣੇ ਮਾਪੇ ਬਾਪ ਤੇ ਪਰਿਵਾਰ ਦਾ ਵੀ ਕੱਦ ਮਿੱਟੀ ਵਿੱਚ ਰੋਲ ਦਿੱਤਾ ਹੈ ਇਹਨਾਂ ਲੜਕੀਆਂ ਬਾਰੇ ਤੁਹਾਡੇ ਕਮੈਂਟ ਹੋਣੇ ਜ਼ਰੂਰ ਹੈ ਸ਼ੁਰੂ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਜੈਸੀ ਕਰਨੀ ਵੈਸੀ ਪਰਨੀ ਹੁਣ ਇਸ ਕਹਾਣੀ ਤੋਂ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਵੇਗਾ ਜੋ ਬੀਜਾਂਗੇ ਉਹ ਹੀ ਆਪਾਂ ਵੱਢਾਂਗੇ ਸੋਇਵਨ ਪੰਜਾਬੀ ਚੈਨਲ ਨੂੰ ਦੋਸਤੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਸ਼ੇਅਰ ਕਰੋ ਮੈਂ ਆਪਣੇ ਇਹ మోਡਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇਹ ਨਾ ਔਖਾ ਹੈ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਸ਼ੀ ਰਿਲੀਫ ਮਿਲਿਆ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ మోਡੇ ਵੀ ਓਕੇ ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਚ ਬੇਚ ਦੇਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀ ਰੀਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿਤਨਾ ਕੀ ਤੁਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹੋ ਕਿਤੀ ਸੋਸਾਇਟੀ ਵਿੱਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ ਪਰ ਥੈਂਕਸ ਟੂ ਫ੍ਰੀ ਲੀਫ ਜਿਨੇ ਮੇਰਾ ਕੰਫੀਡੈਂਸ ਬਿਲਡ ਕੀਤਾ ਜਿਹਦੇ ਲਗਾਨ ਨਾਲ ਮੈਂ ਮਾਰਕੀਟຊਨ ਬੜਾ ਹੀ ਕੰਫੀਡੈਂਟ ਹਾਂ ਆਰ ਇਤਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰੀਲੀਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲੀ ਯੂਜ਼ ਕਰ ਰਿਹਾ ਹਾਂ